ਦੈਨਿਕ ਸਵੇਰਾ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਮੂਲ ਸਿੰਘ ਗੁਲਾਟੀ ਤੇ ਅੱਜ ਸਾਡੇ ਨਾਲ ਮੌਜੂਦ ਨੇ ਉਹ ਸ਼ਖਸ ਜਿਹੜੇ ਕਿ ਆਪਣੇ ਅੜਬ ਸਭਾ ਤੇ ਰੀਅਲਿਸਟਿਕ ਮੂਵੀਜ਼ ਤੋਂ ਪਛਾਣੇ ਜਾਂਦੇ ਨੇ। ਸੋਹਣਾ ਗੱਭਰੂ, ਟੌਰੀ ਪੱਗ ਤੇ ਨਵਾਬੀ ਮੁੱਛਾਂ ਦੀ ਪਛਾਣ ਕਹਾਉਣ ਵਾਲੇ ਤਰਸੇਮ ਜਸਰ ਜੀ। ਜਸਰ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਸਰ ਸਾਹਿਬ, ਸਰਦਾਰ ਮੁਹੰਮਦ, ਰੱਬ ਦਾ ਰੇਡੀਓ ਤੇ ਹੁਣ ਅਫਸਰ, ਕੀ ਕੁਝ ਉਮੀਦਾਂ ਲੈ ਕੇ ਆ ਰਹੇ ਹੋ ਇਸ ਮੂਵੀ ਤੋਂ? ਬਿਲਕੁਲ ਜੀ, ਜਿਵੇਂ ਪਹਿਲਾਂ ਦੋਨੋਂ ਫਿਲਮਾਂ ਆਡੀਅੰਸ ਨੇ ਪਸੰਦ ਕੀਤੀਆਂ, ਦੋਨਾਂ ਨੇ ਆਡੀਅੰਸ ਨੇ ਦੋਨੋਂ ਫਿਲਮਾਂ ਦੇਖੀਆਂ, ਅਤੇ ਸਾਡੇ ਲਈ ਮਾਣ ਦੀ ਗੱਲ ਆ, ਸਾਰਿਆਂ ਦਾ ਧੰਨਵਾਦ। ਅਤੇ ਇਹ ਫਿਲਮ 'ਤੇ ਵੀ ਸਾਨੂੰ ਪੂਰਾ ਮਾਣ ਆ, ਅਸੀਂ ਆਪਣੇ ਵੱਲੋਂ ਪੂਰੀ ਐਫਰਟ ਲਾਈ ਆ, ਤੁਹਾਨੂੰ ਪੂਰਾ ਇੰਟਰਟੇਨ ਕਰਾਂਗੇ ਅਤੇ ਅਲੱਗ ਅਲੱਗ ਕਰੈਕਟਰ ਦੇਖਣ ਨੂੰ ਮਿਲਣਗੇ, ਉੱਦਾਂ ਦੇ ਹੀ ਜਿੱਦਾਂ ਦੇ ਆਪਣੇ ਹੁੰਦੇ ਆ, ਤੁਹਾਨੂੰ ਦੇਖ ਕੇ ਕਰੈਕਟਰ ਯਾਦ ਆਉਣਗੇ, ਇਹ ਸਾਡੇ ਵੱਲੋਂ ਪੂਰੀ ਗਾਰੰਟੀ ਹੈ। ਜਸਰ ਸਾਹਿਬ, ਜ਼ਿਆਦਾਤਰ ਤੁਹਾਡੀ ਆਪਾਂ ਵੇਖੀ ਮੂਵੀਜ਼ ਦੀ ਗੱਲ ਕਰੀਏ ਜਾਂ ਸੌਂਗਸ ਦੀ ਗੱਲ ਕਰੀਏ, ਰੀਅਲਿਸਟਿਕ ਮੂਵੀਜ਼ ਹੁੰਦੀਆਂ ਨੇ ਤੁਹਾਡੀ ਜਾਂ ਸੌਂਗਸ ਵੀ, ਅਤੇ ਇਸ ਮੂਵੀ ਬਾਰੇ ਤੁਸੀਂ ਕੀ ਕਹੋਗੇ, ਇਹੋ ਜਿਹੀਆਂ ਕੁਛ ਵੱਖਰਾ ਹੀ ਇਹਦੇ ਵਿੱਚ? ਬਿਲਕੁਲ ਜੀ, ਰੀਅਲਿਸਟਿਕ ਰੀਅਲਿਜ਼ਮ ਦੇ ਨੇੜੇ ਆ, ਬਿਲਕੁਲ ਉਹੀ ਪਿੰਡਾਂ ਦੀ ਆਪਣੇ ਜਿਹੜੇ ਓਰਿਜਿਨਲ ਕਰੈਕਟਰ ਹੁੰਦੇ ਨੇ ਉਹਨਾਂ ਦੇ ਨੇੜੇ ਤੇੜੇ ਦੀ ਕਹਾਣੀ ਹੈ, ਕਿਉਂਕਿ ਜਸ ਗਰੇਵਾਲ ਬਾਈ ਦਾ ਲਿਖਣ ਦਾ ਜਿਹੜਾ ਅੰਦਾਜ਼ ਆ ਨਾ, ਉਹ ਵੀ ਜਦੋਂ ਲਿਖਦੇ ਨੇ ਤਾਂ ਰਿਐਲਿਟੀ ਦੇ ਬਹੁਤ ਨੇੜੇ ਲਿਖਦੇ ਆ ਉਹ, ਮਤਲਬ ਬਹੁਤ ਜ਼ਿਆਦਾ ਇਹ ਨਹੀਂ ਹੁੰਦਾ, ਜਿਹੜੇ ਕਰੈਕਟਰ ਨੇ ਉਹ ਕਿਰਦਾਰ ਨੇ, ਕਿਉਂਕਿ ਸਿਨੇਮਾ ਸੋਹਣਾ ਵੀ ਉਹੀ ਲੱਗਦਾ ਜਦੋਂ ਆਪਾਂ ਦੇਖਦੇ ਹਾਂ, ਤਾਂ ਆਪਾਂ ਉਹਨੂੰ ਦੇਖੀਏ ਵੀ ਇਹ ਯਾਰ ਮੇਰੇ ਚਾਚੀ ਵਰਗਾ, ਇਹ ਸਾਡੇ ਪਿੰਡ ਫਲਾਣਾ ਉਹਦੇ ਵਰਗਾ, ਉਹ ਫਿਰ ਤੁਸੀਂ ਉਹਨੂੰ ਅੰਦਰ ਲੈ ਕੇ ਜਾਂਦੇ ਹੋ, ਉਹ ਤੁਹਾਡੇ ਅੰਦਰ ਰਹਿੰਦੀ ਹੈ ਫਿਲਮ, ਉਹ ਕਰੈਕਟਰ ਅੰਦਰ ਰਹਿੰਦੇ ਨੇ ਹਮੇਸ਼ਾ, ਕਰੈਕਟਰ ਹੀ ਫਿਲਮ ਨੇ। ਅਤੇ ਨਿਮਰਤ ਖਹਿਰਾ ਨਾਲ ਤੁਸੀਂ ਹੁਣ ਪਹਿਲੀ ਵਾਰੀ ਕੰਮ ਕੀਤਾ, ਤਾਂ ਕਿਹੋ ਜਿਹੀ ਕੈਮਿਸਟਰੀ ਰਹੀ, ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਡਾ? ਕੈਮਿਸਟਰੀ ਬਹੁਤ ਵਧੀਆ ਰਹੀ ਜੀ, ਨਿਮਰਤ ਖਹਿਰਾ ਨੂੰ ਰਾਜਮਾ ਚੌਲ ਪਸੰਦ ਨੇ ਜੀ, ਮੈਨੂੰ ਪਤਾ, ਦੇਖ ਲਓ ਕੰਮ ਕਰਕੇ ਬਹੁਤ ਵਧੀਆ ਲੱਗਿਆ ਜੀ, ਕਿਉਂਕਿ ਨਿਮਰਤ ਦਾ ਸੁਭਾਅ ਬਹੁਤ ਵਧੀਆ, ਬਹੁਤ ਨਾਈਸ ਕੁੜੀ ਆ, ਡੀਸੈਂਟ ਆ, ਕਲਾਸੀ ਆ, ਅਤੇ ਕੰਮ ਵੀ ਉਹਨੇ ਐਕਟਿੰਗ ਬਹੁਤ ਸੋਹਣੀ ਕੀਤੀ ਆ, ਬਿਕੋਜ਼ ਜਿਹੜਾ ਕਰੈਕਟਰ ਸੀਗਾ ਉਹ ਨਿਮਰਤ ਆਪਣੇ ਆਪ, ਜੋ ਨਿਮਰਤ ਹੈਗੀ ਆ ਉਹੀ ਕਰੈਕਟਰ ਹੈਗਾ, ਥੋੜ੍ਹੇ ਬਹੁਤੇ ਚੇਂਜਸ ਓਬਵੀਅਸਲੀ ਹੁੰਦੇ ਆ, ਅਤੇ ਉਹਨੇ ਬਹੁਤ ਸੋਹਣਾ ਕੰਮ ਕੀਤਾ ਅਤੇ ਬਹੁਤ ਵਧੀਆ ਸੀਗਾ ਮਾਹੌਲ, ਸੈੱਟ 'ਤੇ ਬਹੁਤ ਸੋਹਣਾ ਸੀਗਾ, ਸਾਰੇ ਆਰਟਿਸਟ ਸਾਰੇ ਉਹ ਪੂਰਾ ਇੰਜੋਏ ਕੀਤਾ ਸੀ। ਤਾਂ ਜਸਰ ਸਾਹਿਬ, ਤੁਹਾਡਾ ਜਿਹੜਾ ਕਰੈਕਟਰ ਹੈ ਮੂਵੀ 'ਚ, ਉਹਦੇ ਬਾਰੇ ਥੋੜ੍ਹਾ ਸਾਨੂੰ ਦੱਸੋਗੇ, ਇਹ ਕਾਨੂੰਗੋ ਤੋਂ ਪਟਵਾਰੀ ਦੀ ਜਿਹੜੀ ਜਰਨੀ ਆ ਉਹ ਕਿਹੋ ਜਿਹੀ ਹੈ? ਕਾਨੂੰਗੋ ਤੋਂ ਪਟਵਾਰੀ ਦੀ ਜਰਨੀ ਬੜੀ ਔਖੀ ਆ, ਕਿਉਂਕਿ ਹੁਣ ਬੰਦਾ ਮਿਹਨਤ ਕਰਕੇ ਉੱਪਰਲਾ ਅਹੁਦਾ ਤਾਂ ਲੈ ਸਕਦਾ, ਥੱਲੇ ਵਾਲਾ ਅਹੁਦਾ ਕਿਵੇਂ ਲਵੇ ਇਹ ਦੱਸੋ, ਅਤੇ ਉਹੀ ਜਰਨੀ ਔਖੀ ਹੈ ਜੀ ਇਹਦੀ। ਕਾਨੂੰਗੋ ਮੈਂ ਬਣ ਗਿਆ ਸੀ ਪੇਪਰ ਦੇ ਕੇ ਡਾਇਰੈਕਟ, ਉਹ ਤੋਂ ਬਾਅਦ ਪਟਵਾਰੀ ਦਾ ਨਵਾਂ ਪੰਗਾ ਪਾਤਾ, ਹੁਣ ਜਿਹੜੀ ਕੁੜੀ ਪਸੰਦ ਆ ਉਹ ਕਹਿੰਦੀ ਮੈਂ ਤਾਂ ਪਟਵਾਰੀ ਨਾਲ ਵਿਆਹ ਕਰਾਉਣਾ, ਅਤੇ ਹੁਣ ਉਹ ਸਾਰਾ ਜਿਹੜਾ ਹੈਗਾ ਉਹ ਤੁਹਾਨੂੰ, ਬਾਕੀ ਜਰਨੀ ਤਾਂ ਤੁਹਾਨੂੰ ਦੇਖ ਕੇ ਫਿਲਮ ਪਤਾ ਲੱਗਣੀ। ਅਤੇ ਜਿਹੜਾ ਕਾਨੂੰਗੋ ਤੁਹਾਡਾ ਗੀਤ ਆ, ਉਸਨੂੰ ਤਾਂ ਕਾਫੀ ਬਹੁਤਾ ਹੀ ਪਿਆਰ ਮਿਲਿਆ, ਅਤੇ ਹੋਰ ਕੀ ਕੀ ਸਪੈਸ਼ਲ ਚੀਜ਼ਾਂ ਹੋਣਗੀਆਂ ਮੂਵੀ 'ਚ, ਉਹ ਥੋੜ੍ਹਾ ਬਹੁਤ ਇੱਕ ਦੋ ਚੀਜ਼ਾਂ ਦੱਸ ਦਿਓ ਸਾਨੂੰ। ਸਪੈਸ਼ਲ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਆ ਜੀ, 2000 ਦੇ ਨੇੜੇ ਦੀ ਫਿਲਮ ਹੈਗੀ ਆ ਜੀ ਸਾਡੀ, ਉਹੀ ਫਿਲਮ ਆ ਜੋ ਆਪਣੇ ਅੰਦਰ ਦੀ ਆ, ਤੁਸੀਂ ਦੇਖੋਗੇ ਪੂਰਾ ਹੱਸ ਕੇ ਪੂਰਾ ਇੰਜੋਏ ਕਰਕੇ ਆਓਗੇ ਫਿਲਮ ਨੂੰ, ਬਹੁਤ ਪਾਤਰ ਨੇ ਫਿਲਮ ਦੇ ਵਿੱਚ, ਬਹੁਤ ਕਰੈਕਟਰ ਨੇ, ਰਾਣਾ ਜੰਗ ਬਹਾਦਰ ਭਾਅ ਜੀ, ਨਰਮ ਰਿਸ਼ੀ ਮੈਡਮ ਜੀ, ਅਤੇ ਉਹ ਤੋਂ ਬਾਅਦ ਗੁਰਪ੍ਰੀਤ ਘੁੱਗੀ ਭਾਅ ਜੀ, ਕਰਨਵੀਰ ਅਨਮੋਲ ਭਾਅ ਜੀ, ਬਹੁਤ ਸਾਰੇ ਕਰੈਕਟਰ, ਢੇਰ ਸਾਰੇ ਕਰੈਕਟਰ ਨੇ ਸਾਡੇ, ਅਤੇ ਜਿਹੜੇ ਹਰੇਕ ਕਰੈਕਟਰ ਦੀ ਇੱਕ ਵੈਲਿਊ ਆ ਫਿਲਮ ਦੇ ਵਿੱਚ, ਹਰੇਕ ਕਰੈਕਟਰ ਦਾ ਇੱਕ ਕੰਮ ਆ, ਅਤੇ ਮੇਰਾ ਕਰੈਕਟਰ ਤੁਹਾਨੂੰ ਨਵਿਆਂ ਦੇਖਣ ਨੂੰ ਮਿਲੂਗਾ, ਸਭ ਤੋਂ ਜ਼ਿਆਦਾ ਤੁਸੀਂ ਦੇਖ ਕੇ ਆਓ, ਤੁਹਾਨੂੰ ਪਤਾ ਲੱਗੂਗਾ ਕਈ ਚੀਜ਼ਾਂ ਨਵੀਆਂ ਆਪਣੇ ਕਰੈਕਟਰ ਦੇ ਵਿੱਚ, ਕਈ ਚੀਜ਼ਾਂ ਛੁਪੀਆਂ ਹੋਈਆਂ ਫਿਲਮ ਦੇ ਹਿਸਾਬ ਨਾਲ, ਕਈ ਚੀਜ਼ਾਂ ਅਡੋਪਟ ਕੀਤੀਆਂ, ਤੁਹਾਨੂੰ ਪੱਕਾ ਡੈਫੀਨੇਟਲੀ ਪਸੰਦ ਆਊ। ਅਤੇ ਕੁਲਬੀਰ ਝਿੰਜਰ, ਜ਼ਿਆਦਾਤਰ ਤੁਹਾਡੀ ਹਰ ਮੂਵੀ ਆ ਸੌਂਗ ਦੀ ਗੱਲ ਕਰੀਏ, ਜਾਂ ਮੋਸਟਲੀ ਤੁਹਾਡੇ ਨਾਲ ਹੀ ਰਹਿੰਦੇ ਨੇ, ਇਸ ਮੂਵੀ 'ਚ ਉਹਨਾਂ ਦਾ ਜ਼ਿਆਦਾ ਹਾਲੇ ਤੱਕ ਜ਼ਿਕਰ ਹੋਇਆ ਨਹੀਂ, ਤਾਂ ਉਹਨਾਂ ਦਾ ਕੀ ਪ੍ਰੈਜੈਂਸ ਹੈਗੀ ਮੂਵੀ 'ਚ? ਜ਼ਿਕਰ ਉਹ ਬੈਠਾ ਕੈਨੇਡਾ ਪਟੂ, ਉਹ ਹੁਣ ਪ੍ਰੈਜੈਂਸ ਉਹ ਦੇਖੂਗਾ ਹੀ, ਫਿਲਮ ਉੱਥੇ ਦੇਖੂਗਾ, ਅਤੇ ਆ ਜਾਣਾ ਉਹਨੇ ਹੁਣ 10-15 ਦਿਨ ਤੱਕ, ਅਤੇ ਕਰ ਰਹੇ ਹਾਂ ਕੋਈ ਸਰਪ੍ਰਾਈਜ਼ ਦੇਵਾਂਗੇ ਜਲਦੀ ਹੀ ਆਡੀਅੰਸ ਨੂੰ। ਠੀਕ ਹੈ, ਅਤੇ ਦੈਨਿਕ ਸਵੇਰਾ ਰਾਹੀਂ ਆਪਣੇ ਫੈਨਸ ਨੂੰ ਕੀ ਮੈਸੇਜ ਦਿਓਗੇ ਤੁਸੀਂ? ਫੈਨਸ ਨੂੰ ਮੈਸੇਜ ਕੋਈ ਨਹੀਂ, ਤੁਹਾਡੇ ਪਿਆਰ ਦਾ, ਤੁਹਾਡੇ ਸਤਿਕਾਰ ਦਾ ਹਮੇਸ਼ਾ ਧੰਨਵਾਦ। ਜਿਵੇਂ ਤੁਸੀਂ ਪਹਿਲਾਂ ਵਾਲੀਆਂ ਫਿਲਮਾਂ ਹਰੇਕ ਗੀਤ ਨੂੰ ਸਪੋਰਟ ਕੀਤਾ, ਦਿਲ ਤੋਂ ਸਪੋਰਟ ਕੀਤਾ, ਅਸੀਂ ਦਿਲ ਤੋਂ ਬਣਾਈ ਆ ਤੁਹਾਡੇ ਲਈ, ਸਾਰੇ ਜਣੇ ਜ਼ਰੂਰ ਦੇਖਿਓ, ਡੈਫੀਨੇਟਲੀ ਲਾਈਕ ਕਰੋਗੇ, ਤੁਸੀਂ ਆਪਣੇ ਫੀਡਬੈਕ ਸਾਨੂੰ ਭੇਜੋ, ਦੱਸੋ, ਅਤੇ ਫੈਮਿਲੀ ਨਾਲ ਜਾ ਸਕਦੇ ਹੋ, ਇਹ ਗੱਲ ਮੈਨੂੰ ਲੱਗਦਾ ਵੀ ਹੁਣ ਮੈਨੂੰ ਕਹਿਣ ਦੀ ਲੋੜ ਨਹੀਂ, ਇੰਨਾ ਕੁ ਮਾਣ ਤੁਹਾਨੂੰ ਮੇਰੇ 'ਤੇ ਹੋਊਗਾ ਵੀ ਤੁਸੀਂ ਫੈਮਿਲੀ ਨਾਲ ਜਾ ਕੇ ਦੇਖ ਸਕਦੇ ਹੋ, ਤਾਂ ਪੂਰਾ ਇੰਜੋਏ ਕਰੋਗੇ। ਧੰਨਵਾਦ ਜਸਰ ਜੀ। ਆ ਸੀਗੇ ਸਾਡੇ ਨਾਲ ਤਰਸੇਮ ਜੱਸਰ ਜੀ, ਜਿਨ੍ਹਾਂ ਦੀ ਮੂਵੀ ਆ ਰਹੀ ਹੈ ਅਫਸਰ 5 ਤਰੀਕ ਨੂੰ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਨੂੰ ਕਿੰਨਾ ਕੁ ਪਿਆਰ ਮਿਲਦਾ, ਜਿਵੇਂ ਕਿ ਪਹਿਲਾਂ ਇਹਨਾਂ ਦੀ ਰੀਅਲਿਸਟਿਕ ਮੂਵੀਜ਼ ਰਹੀਆਂ ਨੇ, ਉਹਨਾਂ ਨੂੰ ਕਾਫੀ ਫੈਨਸ ਵੱਲੋਂ ਕਾਫੀ ਵਧੀਆ ਇੱਕ ਰਿਸਪੋਂਸ ਮਿਲਿਆ, ਕਾਫੀ ਪਿਆਰ ਮਿਲਿਆ, ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਮੂਵੀ ਨੂੰ ਕਿੰਨਾ ਕੁ ਪਿਆਰ ਅਤੇ ਰਿਸਪੋਂਸ ਮਿਲਦਾ। ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।